ਸ਼ਾਕਾ ਕਾਕ ਔਰ ਬਸਰਾ ਮਰੀੜੀ ਦੇ ਮੁਤਾਲਕ ਢੇਰ ਸਾਰੇ ਲੋਕ ਆਪਣੀ ਮਤਜ਼ਾਦ ਰਾਏ ਦੇਨੇ ਪੈਣ ਮਾਮਲਾ ਚੱਲਦੇ ਹਨ ਧਮਕੀਆਂ ਦਿੱਤੀਆਂ ਵੰਦੇ ਹਨ ਲੋਕ ਵਾਹ ਵਾਹ ਆਦੇ ਹਨ ਔਰ ਵੀਡੀਓ ਕੋ ਮਜ਼ੀਦ ਸ਼ੇਅਰ ਕਰਨ ਇਹਨਾਂ ਵਿੱਚ ਕੋਈ ਐਸਾ ਬੰਦਾ ਨਹੀਂ ਹੁੰਦਾ ਜਿਹੜੇ ਇਹਨੇ ਮਾਮਲਾਤ ਕੋ ਸੁਲਝਾਵੇ ਮੈਂ ਤਾਂ ਇਹ ਸਮਝਦਾ ਕਿ ਜੋ ਇਹ ਮਾਮਲਾਤ ਵਧਦੇ ਪਾਣ ਦੋਸਤ ਸਿੰਘ ਨੂੰ ਚਾਹੀਦਾ ਹੈ ਕਿ ਇਹਨੇ ਮਾਮਲਾਤ ਕੋ ਨਿਮਟਾਵੇ ਨਾ ਔਰ ਐਡਾ ਮਾਮਲਾ ਨਾ ਬਣਿਆ ਛੋਟੀ ਜਿਹੀ ਗੱਲ ਬਹੁ ਵੱਡੇ ਹਾਦਸਾਤ ਦਾ ਸਬਬ ਬਣਦੀ ਹੈ ਬਹੁ ਵੱਡੇ ਨੁਕਸਾਨ ਕਰਦੀ ਹੈ ਅਰਮਾਨ ਅਸਾਨੀ ਰੰਦ ਪੀ ਕੇ ਬਸ ਆਪਣੀ ਪਿਆਸ ਬੁਝਾ ਦਿਲ ਸੇ ਯਾ ਜੋੜ ਤਮਾਸ਼ਾ ਦੁਨੀਆ ਦਾ ਚੌਂ ਚੌਨੇ ਕੋ ਸੁਣਵਾ ਦਿਲ ਸੇ ਚੌਂ ਚੌਨੇ ਕੋ ਸੁਣਵਾ ਦਿਲ ਸੇ ਯਾ ਸੱਤ ਖੱਤ ਸਨ ਸਭ ਖੱਤੜੇ ਤੇ ਮੀਆ ਕਿਹੜਾ ਚੰਦ ਲਹਾ ਦਿਲ ਸੇ ਕੋਈ ਦੁੱਖ ਨਹੀਂ ਆਸਨ ਦੁੱਖ ਦੇ ਲੈ ਇਹੋ ਸਾਹਿਬ ਸਨ ਵੀ ਅੱਗਾ ਗਿਨ ਸਨ ਇਹੋ ਸਾਹਿਬ ਸਨ ਵੀ ਅੱਗਾ ਗਿਨ ਸਨ ਕੋਈ ਕਿਆ ਦੇ ਪੈਨ ਕੋਈ ਕਿੰ ਕੋ ਮੋਰੇ ਦੇ ਇਲਜ਼ਾਮ ਠਹਿਰੇ ਦੇ ਪੈਨ ਇਹਨੇ ਮੌਜੂਆ ਤੇ ਗੱਲ ਕਰਦੇ ਆ ਗੱਲ ਕਰਦਾ ਵਜਾ ਮੈਂ ਸ਼ਾਕੇ ਖੱਗ ਦੇ ਮੁਤਾਲਕ ਇਹ ਵੀ ਆਪਣੇ ਵਕਤ ਦੇ ਵਿੱਚ ਇਹ ਵੀ ਇੱਕ ਸ਼ੇਰ ਦਿਲ ਇਨਸਾਨ ਆਈ ਔਰ ਇਵੇਂ ਬਸਰਾ ਮਰੀੜੀ ਥੀ ਗਿਆ ਔਰ ਸੈਫੀ ਜਲਵਾਰ ਥੀ ਗਿਆ ਸਾਰੇ ਇਹ ਲੋਕ ਆਪਣੇ ਵਕਤ ਦੇ ਸ਼ੇਰ ਔਰ ਦਲੇਰ ਲੋਕ ਹਨ ਔਰ ਉਹਦੇ ਇਲਾਵਾ ਬੇ ਜਿਹੜੇ ਵੀ ਲੋਕ ਹਨ ਟਿਕਟਾਕ 'ਤੇ ਕੰਮ ਕਰਨ ਉਹ ਸਾਰੇ ਸ਼ੇਰ ਦਿਲ ਹਨ ਅਸਾਂ ਇਹਨੇ ਕੋ ਮੁਰੇ ਦੇ ਇਲਜ਼ਾਮ ਨਹੀਂ ਠਹਿਰਾ ਸਕਦੇ ਮੈਂ ਇਹਨੇ ਸਾਰਿਆਂ ਕੋ ਮੁਰੇ ਦੇ ਇਲਜ਼ਾਮ ਉਹ ਵੇਲੇ ਠਹਿਰਾਵਾਂ ਹਾਂ ਜਿਸ ਟਾਈਮ ਮੁਆਸ਼ਰੇ ਦਾ ਵੀ ਇੱਕ ਬਹੁ ਵੱਡਾ ਕਸੂਰ ਹੈ ਇਹਦੇ ਵਿੱਚ ਤੁਸੀਂ ਦੇਖੋ ਕਾਫੀ ਅਰਸਾ ਪਹਿਲੇ ਪੁਰਾਣੇ ਦੌਰ ਦੀ ਮੈਂ ਗੱਲ ਕਰਾਂ ਬਜ਼ੁਰਗਾਂ ਦੇ ਵੇਲੇ ਅਗਰ ਹੁਣ ਵੇਲੇ ਕੋਈ ਰੋਲੇ ਰਫੇ ਹੋਵੇ ਨਾ ਤਾਂ ਬਜ਼ੁਰਗ ਸਾਰੇ ਆ ਵੇਂਦੇ ਹਨ ਮਾਮਲਾਤ ਕੋ ਸੁਲਝੇਂਦੇ ਹਨ ਹੁਣ ਮਾਮਲਾ ਚੱਲਦੇ ਹਨ ਧਮਕੀਆਂ ਦਿੱਤੀਆਂ ਵੇਂਦੇ ਹਨ ਲੋਕ ਵਾਹ ਵਾਹ ਆਦੇ ਹਨ ਔਰ ਵੀਡੀਓ ਕੋ ਮਜ਼ੀਦ ਸ਼ੇਅਰ ਕਰਦੇ ਇਹਨਾਂ ਵਿੱਚ ਕੋਈ ਐਸਾ ਬੰਦਾ ਨਹੀਂ ਹੁੰਦਾ ਜਿਹੜੇ ਇਹਨੇ ਮਾਮਲਾਤ ਕੋ ਸੁਲਝਾਵੇ ਛੋਟੀ ਜਿਹੀ ਗੱਲ ਬਹੁ ਵੱਡੇ ਹਾਦਸਾਤ ਦਾ ਸਬਬ ਬਣਦੀ ਹੈ ਬਹੁ ਵੱਡੇ ਨੁਕਸਾਨ ਕਰਦੀ ਹੈ ਔਰ ਇਵੇਂ ਹੀ ਇੱਕ ਮਾਮਲਾ ਕੋਟਚੂਟੇ ਦੇ ਵਿੱਚ ਵੀ ਥਿਆ ਹੈ ਜਿੱਥਾਂ ਵਟਸਐਪ 'ਤੇ ਗਾਲੀ ਮੰਦੇ ਕੱਢਣ 'ਤੇ ਫਾਇਰਿੰਗ ਦੇ ਨਾਲ ਤਕਰੀਬਨ ਢੇਰ ਸਾਰੇ ਬੰਦੇ ਕਤਲ ਦੇ ਗਏ ਹਨ ਔਰ ਇਬਤਦਾਈ ਮਾਲੂਮਾਤ ਹੈ ਕਿ ਦੋ ਬੰਦੇ ਬਾਅਦ ਵਿੱਚ ਤਾਦਾਦ ਜ਼ਿਆਦਾ ਵਧੀ ਆਈ ਔਰ 6 ਤੋਂ 7 ਬੰਦੇ ਜ਼ਖਮੀ ਵੀ ਥਏ ਹਨ ਇਵੇਂ ਹੀ ਨਾਜ਼ਰੀਨ ਸੋਸ਼ਲ ਮੀਡੀਆ 'ਤੇ ਇੱਕ ਬੇਕੂ ਗਾਲਮ ਗਲੋਚ ਦੇ ਨਾਲ ਮਾਮਲਾਤ ਵੱਧਦੇ ਪੈਣ ਸ਼ਾਕਾ ਖਾਕ ਔਰ ਅਲੀ ਦਾ ਮਾਮਲਾ ਇਹ ਵੀ ਦੋਸਤ ਹਨ ਔਰ ਇਵੇਂ ਹੀ ਬਸਰਾ ਮਰੀੜੇ ਦੇ ਤਸਵੀਰਾਂ ਤੁਸੀਂ ਦੇਖੋ ਸ਼ਾਕੇ ਖਾਕ ਦੇ ਵੀ ਇਕੱਠੇ ਹਨ ਔਰ ਬਾਕੀ ਲੋਕਾਂ ਦੇ ਵੀ ਇਕੱਠੇ ਉਹਨਾਂ ਤਸਵੀਰ ਹਨ ਵੀਡੀਓਜ਼ ਹਨ ਟਿਕਟਾਕ ਹਨ ਇਹ ਉਮਲੇ ਹੀ ਦੋਸਤ ਹਨ ਔਰ ਬਾਅਦ ਇੱਕ ਦੂਜੇ ਦੇ ਦੁਸ਼ਮਣ ਕਿਆ ਜਾਨੀ ਦੁਸ਼ਮਣ ਬਣ ਗਏ ਨੇ ਇੱਕ ਦੂਜੇ ਕੋਲ ਸੰਗੀਨ ਨਤਾ ਔਰ ਕਤਲ ਦੇ ਧਮਕੀਆਂ ਦਿੱਤੀਆਂ ਗਏ ਹਨ ਇਹਦੇ ਵਿੱਚ ਮੈਂ ਤਾਂ ਇਹ ਸਮੱਸਿਆ ਕਿ ਜੋ ਇਹ ਮਾਮਲਾਤ ਵੱਧਦੇ ਪਾਣ ਦੋਸਤ ਸਿੰਘ ਨੂੰ ਚਾਹੀਦਾ ਹੈ ਕਿ ਇਹਨੇ ਮਾਮਲਾਤ ਕੋ ਨਿਮਟਾਵੇ ਨਾ ਔਰ ਐਡਾ ਮਾਮਲਾ ਨਾ ਬਣਿਆ ਔਰ ਇਵੇਂ ਸੈਫੀ ਚਰਵਾ ਰਹੇ ਉਹਨੇ ਤਾਂ ਉਹਨੇ ਦੇ ਵੀ ਐਡੇ ਵੱਡੇ ਮਾਮਲਾਤ ਨਾ ਬਣੇ ਨਾ ਉਹ ਟਾਈਮ ਦੋਸਤ ਬਹਿ ਕੇ ਮਾਮਲਾਤ ਅਗਰ ਸੁਲਝਾਵੇ ਨਾ ਤਾਂ ਹੁਣ ਵੀ ਕਿਤੇ ਹੀ ਇਹੋ ਜਿਹੇ ਮਾਮਲਾਤ ਹਨ ਖੁਦਾਰਾ ਮਾਮਲਾਤ ਕੋ ਜਲਦੀ ਅਤੇ ਤੇਲ ਦਾ ਕੰਮ ਨਹੀਂ ਕਰਨਾ ਔਰ ਖੁਦਾਰਾ ਮਾਮਲਾਤ ਕੋ ਸੁਲਝਾਉਣਾ ਚਾਹੀਦਾ ਹੈ ਤਾਂ ਕਿ ਐਡੇ ਵੱਡੇ ਹਾਦਸਾ ਸਾਨੂੰ ਤੋਂ ਬਚਾ ਬਣ ਸਕੇ ਇਹਦਾ ਅੰਦਾਜ਼ਾ ਤਾਂ ਹੁਣ ਲਵਾਇਕੀਨ ਵਾਲਦੈਨ ਬੇਣੀ ਬਿਰਾ ਲਾ ਸਕਦੇ ਹਨ ਕਿ ਸ਼ਾਕੇ ਖਾਕ ਦੇ ਮਰਨ ਦੇ ਨਾਲ ਉਹਦੇ ਵਾਲਦੈਨ ਕਿਤਨਾ ਪਰੇਸ਼ਾਨ ਹਨ ਉਹਦੇ ਬੇਣੀ ਬਿਰਾ ਕਿਤਨਾ ਪਰੇਸ਼ਾਨ ਹਨ ਉਹਨਾਂ 'ਤੇ ਕਿਆ ਗੁਜ਼ਰਦੀ ਪਈ ਹੈ ਸ਼ਾਇਦ ਤੁਸੀਂ ਸਾ ਦੋਸਤ ਔਰ ਜਿਹੜੇ ਵੀ ਉਹਦੇ ਦੋਸਤ ਨੂੰ ਅੰਦਾਜ਼ਾ ਨਹੀਂ ਲਾ ਸਕਦੇ ਬਸਰਾ ਮਰੀਰੇ ਦੇ ਮਰਨ ਦੇ ਨਾਲ ਉਹਨਾਂ ਦੇ ਲਵਾਇਕੀਨ 'ਤੇ ਕਿਆ ਗੁਜ਼ਰਦੀ ਪਈ ਹੈ ਬੇਣੀ ਬਿਰਾਵੇਂ 'ਤੇ ਔਰ ਉਹਨਾਂ ਦੇ ਮਿਸਿਜ਼ 'ਤੇ ਕਿਆ ਗੁਜ਼ਰਦੀ ਪਈ ਇਹਨਾਂ ਅੰਦਾਜ਼ਾ ਤੁਸੀਂ ਨਹੀਂ ਲਾ ਸਕਦੇ ਲੇਕਿਨ ਦੋਸਤ ਜਿਹੜੇ ਆਪਣੇ ਆਪ ਕੋ ਜਾਣੀ ਦੋਸਤ ਆਦਨ ਉਹਨਾਂ ਕੋਲ ਵੀ ਗੁਜ਼ਾਰਿਸ਼ ਹੈ ਕਿ ਹੁਣ ਇਹ ਦੋਵੇਂ ਨੌਜਵਾਨ ਜਾਂ ਇਹਦੇ ਇਲਾਵਾ ਜਿਤਨਾ ਵੀ ਨੌਜਵਾਨ ਹੈ ਜਿਨ੍ਹਾਂ ਨਾਲ ਤੁਸੀਂ ਦੋਸਤੀ ਦਾ ਦਾਅਵਾ ਕਰਦੇ ਹੋ ਔਰ ਜਿਹਨਾਂ ਨਾਲ ਮਰ ਮਿਟਣ ਦਾ ਕਸਮਾਂ ਚਾਹਤੇ ਹੋ ਉਹਨਾਂ ਦੇ ਮਰਨ ਦੇ ਬਾਅਦ ਕਮ ਅਜ਼ ਕਮ ਉਹਨਾਂ ਦੀ ਔਲਾਦ ਦੀ ਤੁਸੀਂ ਪਰਵਰਿਸ਼ ਕਰੋ ਔਰ ਉਹਨਾਂ ਦੇ ਘਰ ਦੇ ਅਖਰਾਜਾਤ ਨੇ ਉਹ ਦੋਸਤ ਉਠਾਉਣ ਕਿਉਂਕਿ ਬਾਜ਼ੀ ਫੈਮਿਲੀ ਗਰੀਬ ਹੁੰਦੀ ਔਰ ਇਤਨਾ ਅਫੋਰਡ ਨਹੀਂ ਕਰ ਸਕਦੇ ਹੁੰਦੇ ਉਹ ਦੋਸਤ ਜਿਹੜੇ ਆਦਨ ਕੇ ਮਰ ਮਿਟਣ ਦਾ ਕਿਸਮਾਂ ਚਾਹਤੇ ਹੋਇਆ ਹੁੰਦੇ ਨੇ ਹਰ ਦੁੱਖ ਸੁੱਖ ਵਿੱਚ ਸਾਥ ਦੇਵਣ ਦਾ ਕਿਸਮਾਂ ਚਾਹਤੇ ਹੋਇਆ ਹੁੰਦੇ ਨੇ ਅਸਲ ਇਮਤਿਹਾਨ ਉਹਨਾਂ ਦਾ ਹੈ ਹੁਣ ਦੇਖਣਾ ਹੈ ਕਿ ਉਹ ਦੋਸਤ ਜਿਹੜੇ ਵਾਅਦੇ ਦਾਅਵੇ ਕਰਦੇ ਹਨ ਕਿਆ ਇਹਦੇ ਇਹਨਾਂ ਦੀ ਫੈਮਿਲੀ ਕੋ ਪੁੱਛਦੇ ਹਨ
ਨੇ ਦੇ ਬਾਲੇ ਦਾ ਖਿਆਲ ਕਰੇਂਦੇ ਜਾਂ ਨਹੀਂ ਕਰੇਂਦੇ ਬਾਤ ਸਹੀ ਹੋ ਜੇ ਉਹਦੇ ਨਾਜ਼ਰੀਨ ਘਰ ਦੇ ਵੈਦ ਕਫੀਲ ਹੁੰਦੇ ਉਹ ਘਰ ਦੇ ਅਖਰਾਜਾਤ ਚਲਾਈ ਖੜੇ ਹੁੰਦੇ ਔਰ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਆ ਕੇ ਅੱਛੇ ਬੁਰੇ ਲੋਕ ਮਿਲਦੇ ਬੁਰੇ ਲੋਕ ਤੋਂ ਵੱਲ ਗਲਤ ਸੋਭਾ ਵਾਲੇ ਪਾਸੇ ਗਿਣ ਵੇਂਦੇ ਔਰ ਮਾਮਲਾਤ ਇਨਸਾਨੀ ਜਾਨੇ ਚਲੇ ਵੰਜਣ ਦੇ ਥੀ ਵੇਂਦੇ ਔਰ ਸੋਸ਼ਲ ਮੀਡੀਆ ਨਾਜ਼ਰੀਨ ਜਿਹੜੇ ਵੀ ਦੋਸਤ ਸੋਸ਼ਲ ਮੀਡੀਆ ਚਲਾਉਂਦੇ ਪੈਣ ਖੁਦਾ ਰੱਬ ਐਡੇ ਕੰਮ ਨਾ ਕਰੋ ਜਿੰਨੀ ਵਜ੍ਹਾ ਤੁਹਾਡੀ ਫੈਮਿਲੀ ਤੁਹਾਡੇ ਵਾਲਿਦੈਨ ਡਿਸਟਰਬ ਥੀ ਵੇਨ ਔਰ ਉਹਨੇ ਕੋ ਉਮਰ ਭਰ ਦੀ ਜ਼ਿੰਦਗੀ ਦਾ ਰੋਗ ਲੱਗੇ ਅਤੇ ਸਾਰੇ ਮੈਂ ਇਹੋ ਜਿਹਾ ਡਿਠਨ ਇਹੋ ਜਿਹਾ ਡਾਇਲੋਗ ਬਾਜ਼ੀ ਲਾ ਕੇ ਔਰ ਇੱਕ ਦੂਜੇ ਦੇ ਮਾਮਲਾਤ ਫਿਰ ਗਿਰੇਬਾਨ ਤੱਕ ਔਰ ਮਰਨ ਮਰੀਜ਼ਾਂ ਤੱਕ ਮਾਮਲਾਤ ਆਵੇਂਦੇ ਹਨ ਸੋਸ਼ਲ ਮੀਡੀਆ ਦਾ ਵੀ ਪੋਜ਼ੀਟਿਵ ਇਸਤੇਮਾਲ ਹੋਣਾ ਚਾਹੀਦਾ ਹੈ ਮਿਲ ਸੋ ਨਵੇਂ ਟੋਪਿਕ ਨਵੇਂ ਵੀਡੀਓ ਨਾਲ ਅੱਲਾ ਸਿੰਘ ਤੁਹਾਡਾ ਸਰਾਮੀ ਨਾਸਰ ਹੋਏ ਪਾਕਿਸਤਾਨ ਜ਼ਿੰਦਾਬਾਦ ਖੁਦਾ ਹਾਫਿਜ਼।